ਨਮਸਕਾਰ ਦੋਸਤੋ, ਮੈਂ ਤੁਹਾਡਾ ਆਪਣਾ ਅਸਕਰ ਸਖਸਾਨਾ ਤੇ ਜੈ ਕਿਸ਼ੋਰੀ ਭੈਣ ਜੀ। ਇਹ ਇਕੱਲੇ ਉਹ ਸਾਰੀਆਂ ਜਿਹੜੀਆਂ ਭੈਣਾਂ ਤੇ ਬੱਚੇ ਕਰਮਾਂ ਵਾਲੇ ਨਹੀਂ, ਭਾਗਸ਼ਾਲੀ ਨਹੀਂ, ਮੈਂ ਵੀ ਬੜਾ ਭਾਗਸ਼ਾਲੀ, ਮੈਂ ਵੀ ਦੂਜੀ ਵਾਰੀ ਦਰਸ਼ਨ ਕਰ ਰਿਹਾ। ਦੇਖੋ, ਧਰਮ ਹੈ ਨਾ ਜਿਹੜਾ, ਜਿੱਥੇ ਧਰਮ ਹੈ ਉੱਥੇ ਸੁੱਖ, ਜਿੱਥੇ ਧਰਮ ਹੈ ਉੱਥੇ ਸ਼ਾਂਤੀ ਹੈ, ਜਿੱਥੇ ਧਰਮ ਹੈ ਉੱਥੇ ਸਮ੍ਰਿੱਧੀ ਹੈ। ਪਤਾ ਨਹੀਂ ਕਿਹੜੇ ਚੱਕਰਾਂ 'ਚ ਪਾਤਾ ਸੀ ਆਪਾਂ ਨੂੰ। ਜੇ ਕੋਈ ਪਾਠ ਕਰਦਾ, ਪੂਜਾ ਕਰਦਾ ਤਾਂ ਬੱਚੇ ਕਹਿਣ ਲੱਗ ਪਏ ਲੈ ਇਹ ਕੀ ਕੰਮ ਕਰਨ ਲੱਗੇ। ਲੇਕਿਨ ਆਪਣੇ ਬੱਚਿਆਂ ਨੂੰ ਇਹ ਸਮਝਣ ਦੀ ਲੋੜ ਹੈ। ਦੇਖੋ, ਇੱਕ ਨਿੱਕੀ ਜਿਹੀ ਉਮਰ ਦੀ ਇੱਕ ਸਾਡੀ ਭੈਣ, ਇਹਦੀ ਸਾਰੀ ਦੁਨੀਆ ਇਹਨੂੰ ਦੇਖਣ ਨੂੰ ਤਰਸਦੀ ਹੈ, ਸਾਰੀ ਦੁਨੀਆ। ਉਹ ਕਿਉਂ, ਉਹਦਾ ਕੀ ਕਾਰਨ? ਮੈਂ ਇਹ ਕਾਰਨ ਸਮਝਦਾ ਕਿ ਇਹ ਉਹ ਕੰਮ ਕਰ ਰਹੀ ਜਿਹੜਾ ਗੁਰਬਾਣੀ 'ਚ ਲਿਖਿਆ। ਗੁਰਬਾਣੀ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ, ਜੇ ਕਿਉਂ ਜਪੀਐ ਲਾਏ ਧਿਆਨਾ। ਇਹ ਪ੍ਰਭੂ ਦੇ ਗੁਣ ਗਾਉਂਦੀ ਹੈ, ਉਹਦਾ ਨਾਮ ਧਿਆਉਂਦੀ ਹੈ। ਔਰ ਬੱਚਿਓ, ਮੈਂ ਤੁਹਾਨੂੰ ਵੀ ਕਹਿੰਦਾ, ਜੇ ਤੁਸੀਂ ਵੀ ਪ੍ਰਭੂ ਦੇ ਗੁਣ ਗਾਓਗੇ, ਉਹਦਾ ਨਾਮ ਧਿਆਉਂਗੇ, ਤੇ ਦੁਨੀਆ ਦੇ ਸਾਰੇ ਸੁੱਖ, ਸਮ੍ਰਿੱਧੀ, ਤਾਕਤ ਸਭ ਕੁਝ ਤੁਹਾਨੂੰ ਮਿਲੇਗਾ। ਅਦਾਲਤ ਜਾਂਦਾ ਕਿ ਆਮਨੇ ਸਾਹਮਣੇ ਨੇ ਆਪ ਸਭ ਦਾ ਇੱਕ ਵਾਰ।